ਅੱਜ ਦੇ ਵਿਗਿਆਨਿਕ ਯੁੱਗ ਨੇ ਹਰ ਖੇਤਰ ਵਿੱਚ ਤਰੱਕੀ ਕੀਤੀ ਹੈ। ਇਸ ਤਰੱਕੀ ਨੇ ਖੇਤੀ ਖੇਤਰ ਨੂੰ ਵੀ ਪ੍ਰਭਾਵਿਤ ਕੀਤਾ ਹੈ ਅਤੇ ਕਿਸੇ ਵੀ ਮੌਸਮ ਵਿੱਚ ਫਲ ਅਤੇ ਸਬਜ਼ੀਆਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਅਜਿਹੀ ਮਿਸਾਲ ਬਰਨਾਲਾ ਵਿੱਚ ਦੇਖਣ ਨੂੰ ਮਿਲ ਰਹੀ ਹੈ। ਬਰਨਾਲਾ ਸ਼ਹਿਰ ਦਾ ਰਹਿਣ ਵਾਲਾ ਦੀਪਕ ਕੁਮਾਰ ਬੰਦ ਕਮਰੇ ਵਿੱਚ ਖੁੰਬਾਂ ਦੀ ਕਾਸ਼ਤ ਕਰ ਰਿਹਾ ਹੈ। ਖੁੰਬ ਯਾਨੀ ਕਿ ਮਸ਼ਰੂਮ। ਖਾਸ ਗੱਲ ਇਹ ਹੈ ਕਿ ਖੁੰਬਾਂ ਦੀ ਫਸਲ ਸਰਦੀਆਂ ਦੇ ਵਿੱਚ ਉਗਾਈ ਜਾਂਦੀ ਹੈ, ਪਰ ਦੀਪਕ ਕੁਮਾਰ ਆਧੁਨਿਕ ਤਕਨੀਕ ਨਾਲ ਗਰਮੀਆਂ ਵਿੱਚ ਇਸ ਫਸਲ ਨੂੰ ਉਗਾ ਕੇ ਚੰਗਾ ਮੁਨਾਫਾ ਕਮਾ ਰਹੇ ਹਨ। ਦੀਪਕ ਦੋ ਕਮਰਿਆਂ ਦੇ ਛੋਟੇ ਜਿਹੇ ਫਾਰਮ ਵਿੱਚ ਵੱਡੇ ਪੱਤਰ ਤੇ ਮਸ਼ਰੂਮ ਦੀ ਖੇਤੀ ਕਰ ਰਿਹਾ ਹੈ। ਲਿਫਾਫੇ ਵਿੱਚ ਖਾਦ ਅਤੇ ਬੀਜ ਪਾ ਕੇ ਦੀਪਕ ਵੱਲੋਂ ਮਸ਼ਰੂਮ ਦੀ ਖੇਤੀ ਕੀਤੀ ਜਾ ਰਹੀ ਹੈ। ਦੀਪਕ ਨੇ ਕਮਰੇ ਵਿੱਚ 4 AC ਲਗਾਏ ਹਨ ਤਾਂ ਜੋ ਖੇਤ ਨੂੰ ਸਰਦੀਆਂ ਦੀ ਤਰ੍ਹਾਂ ਠੰਡਾ ਕੀਤਾ ਜਾ ਸਕੇ ਅਤੇ ਮਸ਼ਰੂਮ ਦੀ ਕਾਸ਼ਤ ਕੀਤੀ ਜਾ ਸਕੇ। ਇਸ ਤੋਂ ਇਲਾਵਾ AC ਤੋਂ ਠੰਡੀ ਹਵਾ ਲਿਫਾਫੇ ਰਾਹੀਂ ਪੂਰੇ ਖੇਤ ਵਿੱਚ ਸਹੀ ਤਰੀਕੇ ਦੇ ਨਾਲ ਫੈਲਾਈ ਜਾ ਰਹੀ ਹੈ। ਮੇਰਾ ਨਾਮ ਦੀਪਕ ਕੁਮਾਰ, ਜੋ ਕਿ ਮੈਂ 1 ਸਾਲ ਤੋਂ ਮਸ਼ਰੂਮ ਦੀ ਖੇਤੀ ਕਰ ਰਿਹਾ, ਜੋ ਕਿ ਮੈਨੇ KVK ਤੋਂ ਇਸਦੀ ਟ੍ਰੇਨਿੰਗ ਲਿੱਤੀ ਸੀਗੀ ਅਤੇ ਇਸ ਦੇ ਵਿੱਚ ਕਾਫੀ ਅੱਛਾ ਪ੍ਰੋਫਿਟ ਆ ਰਿਹਾ, ਜਿਸ ਦੇ ਵਿੱਚ ਲਗਭਗ ਮੇਰਾ 40 ਤੋਂ 50 ਲੱਖ ਰੁਪਏ ਦੇ ਵਿੱਚ ਮੇਰਾ ਖਰਚਾ ਆਇਆ ਗਾ, ਜੋ ਕਿ 1 ਸਾਲ ਤੋਂ ਮੈਂ ਕਰ ਰਿਹਾ ਹੈਗਾ ਅਤੇ ਮੈਨੂੰ ਬਹੁਤ ਅੱਛਾ ਪ੍ਰੋਫਿਟ ਹੋ ਰਿਹਾ ਹੈ। ਇਸ ਦੇ ਵਿੱਚ ਇਹ ਹੈ ਕਿ ਮੇਰਾ ਆਈਡੀਆਸ ਤਾਂ ਮੈਂ ਕਾਫੀ ਟਾਈਮ ਤੋਂ ਸੋਚ ਰਿਹਾ ਸੀਗਾ ਵੀ ਕੋਈ ਅਲੱਗ ਤੋਂ ਬਿਜ਼ਨਸ ਸ਼ੁਰੂ ਕੀਤਾ ਜਾਵੇ। ਸੋ ਜਿਵੇਂ ਕਿ ਲਾਕਡਾਊਨ ਚੱਲ ਰਿਹਾ ਸੀਗਾ, ਲਾਕਡਾਊਨ ਦੇ ਵਿੱਚ ਅਸੀਂ ਦੇਖਿਆ ਕਿ ਹਰੇਕ ਬਿਜ਼ਨਸ ਬੰਦ ਸੀਗਾ, ਬਟ ਲੇਕਿਨ ਇੱਕ ਫੂਡ ਬਿਜ਼ਨਸ ਸੀਗਾ ਜੋ ਕਿ ਕੰਟੀਨਿਊ ਸੀਗੀ, ਕਿਉਂਕਿ ਹਰੇਕ ਬੰਦੇ ਦੀ ਨੀਡ ਵੀ ਫੂਡ ਦੀ ਹੀ ਸੀਗੀ। ਸੋ ਇਸ ਦੇ ਵਿੱਚ ਮੈਨੂੰ ਇੱਕ ਆਈਡੀਆ ਆਇਆ ਕਿ ਵੀ ਕਿਉਂ ਨਾ ਆਪਾਂ ਫੂਡ ਦੇ ਰਿਲੇਟਡ ਹੀ ਕੋਈ ਬਿਜ਼ਨਸ ਦੇਖੀਏ। ਸੋ ਜਿਸ ਦੇ ਵਿੱਚ ਮੇਰੇ ਕਜ਼ਨ ਆਲਰੇਡੀ ਕਰ ਰਿਹਾ ਸੀਗਾ ਮਸ਼ਰੂਮ ਦਾ, ਸੀਜ਼ਨਲੀ ਫਾਰਮ ਕਰ ਰਿਹਾ ਸੀਗਾ, ਜਿਸ ਤੋਂ ਮੈਨੂੰ ਥੋੜ੍ਹਾ ਆਈਡੀਆ ਆਇਆ ਅਤੇ ਮੈਂ ਸੋਚਿਆ ਕਿ ਉਹ ਵੀ ਮੈਂ ਵੀ ਇਹ ਮਸ਼ਰੂਮ ਦੀ ਲਾਈਨ ਦੇ ਵਿੱਚ ਟਰਾਈ ਕਰਕੇ ਦੇਖਾਂ। ਸੋ ਮੈਂ ਥੋੜ੍ਹੀ ਰਿਸਰਚ ਕੀਤੀ ਅਤੇ ਮੈਨੂੰ ਦੇਖਿਆ ਇਨਡੋਰ ਜਿਹੜੀ ਜੋ ਕਿ ਹੈ ਆਲਰੇਡੀ ਬਹੁਤ ਜਗ੍ਹਾ ਚੱਲ ਰਿਹਾ ਹੈਗਾ, 1-2 ਜਗ੍ਹਾ ਮੈਂ ਵਿਜਿਟ ਕੀਤਾ ਤਾਂ ਮੈਨੂੰ ਵਧੀਆ ਲੱਗਿਆ। ਸੋ ਮੈਂ ਇਸ ਕਰਕੇ ਫਿਰ ਉਸ ਤੋਂ ਬਾਅਦ ਸ਼ੁਰੂ ਕੀਤਾ ਇਸਨੂੰ ਦੇਖ ਕੇ। ਮੈਨੇ ਹੰਡਾਏ ਆਪਣੇ KVK ਵਾਲੇ ਬਣਿਆ ਹੋਏ ਆਪਣੇ, ਜੋ ਕਿ ਹਰੇਕ ਫਾਰਮਰ ਨੂੰ ਹਰੇਕ ਅਲੱਗ ਅਲੱਗ ਫਾਰਮਿੰਗ ਵਾਸਤੇ ਟ੍ਰੇਨਿੰਗ ਦਿੰਦੇ ਨੇ ਅਤੇ ਮੈਂ ਉੱਥੋਂ ਟ੍ਰੇਨਿੰਗ ਲਿੱਤੀ ਸੀਗੀ ਅਤੇ ਕੁਛ ਮੈਂ ਆਪਣੇ ਜੋ ਮੇਰਾ ਕਿ ਮੈਂ ਤੁਹਾਨੂੰ ਦੱਸਿਆ ਮੇਰੇ ਕਜ਼ਨ ਆਲਰੇਡੀ ਕਰ ਰਿਹਾ ਸੀਗਾ ਸੀਜ਼ਨਲੀ ਫਾਰਮ, ਕੁਛ ਮੈਨੇ ਉਹਨਾਂ ਤੋਂ ਥੋੜ੍ਹੀ ਜਿਹੀ ਜਾਣਕਾਰੀ ਦਿੱਤੀ ਅਤੇ ਉਸ ਤੋਂ ਬਾਅਦ ਫਿਰ ਮੈਨੇ ਸਟਾਰਟ ਕੀਤਾ। ਉਹਨਾਂ ਨੇ ਜਿਹੜਾ ਕਰਨੇ ਉਹ ਸੀਜ਼ਨਲੀ ਫਾਰਮ ਕਰਦੇ ਨੇਗੇ ਅਤੇ ਜਿਸ ਦੇ ਵਿੱਚ ਮੈਂ ਦੇਖਿਆ ਕਿ ਸੀਜ਼ਨਲੀ ਫਾਰਮ ਤਾਂ ਕਰ ਰਹੇ, ਲੇਕਿਨ ਅਗਰ ਬਾਕੀ ਟਾਈਮ ਵੀ ਆਪਾਂ ਕੰਮ ਕਰਨਾ ਚਾਹੁੰਦੇ ਪੂਰੇ ਸਾਲ ਤਾਂ ਉਸ ਵਾਸਤੇ ਇਨਡੋਰ ਯੂਨਿਟ ਲਗਾਉਣਾ ਪਏਗਾ। ਸੋ ਮੈਨੇ ਉੱਥੇ 1-2 ਇਨਡੋਰ ਯੂਨਿਟ ਵੀ ਵਿਜ਼ਿਟ ਕੀਤੇ, ਮੈਨੂੰ ਵਧੀਆ ਲੱਗਿਆ, ਫਿਰ ਉਸ ਤੋਂ ਬਾਅਦ ਇਨਡੋਰ ਯੂਨਿਟ ਲਗਾਇਆ ਸੀ ਬਰਨਾਲਾ। ਇਹਦੇ ਵਿੱਚ ਦੇਖੋ, ਜਦੋਂ ਤੁਸੀਂ ਅਗਰ ਸਾਰਾ ਸਾਲ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਨਡੋਰ ਯੂਨਿਟ ਹੀ ਲਗਾਉਣਾ ਪਏਗਾ, ਕਿਉਂਕਿ ਜੋ ਇਹ ਫਸਲ ਹੈ ਇਹ ਇੱਕ ਸਰਦੀਆਂ ਦਾ ਫਸਲ ਹੈ ਜੋ ਕਿ 16 ਟੈਂਪਰੇਚਰ 'ਤੇ ਹੀ ਗਰੋ ਕਰਦੀ ਹੈ, ਜਿਸ ਨੂੰ ਇਹ ਬਣ ਕੇ ਚੱਲੋਗੇ ਤੁਸੀਂ ਅਗਰ 16 ਟੈਂਪਰੇਚਰ ਕਰਨਾ ਹੈ ਤਾਂ ਤੁਹਾਨੂੰ ਇਨਡੋਰ ਯੂਨਿਟ ਲਗਾ ਕੇ AC ਲਗਾਉਣੇ ਪੈਣਗੇ, ਜਿਸ ਨਾਲ ਤੁਸੀਂ 16 ਡਿਗਰੀ ਤੱਕ ਤੁਸੀਂ ਮੇਨਟੇਨ ਕਰ ਸਕਦੇ ਹੋ, ਅਦਰਵਾਈਜ਼ ਤੁਸੀਂ ਨਹੀਂ ਇਸ 'ਤੇ ਗਰੋ ਕਰ ਸਕਦੇ। ਕਿਉਂਕਿ ਅਗਰ ਆਪਾਂ ਨੋਰਮਲ ਵੀ ਲਗਾਈਏ ਆਪਣੇ ਜਿੱਦਾਂ ਕਿ ਜੂਨ ਜੁਲਾਈ ਮਹੀਨਾ 'ਚ ਲਗਾਈਏ ਤਾਂ ਆਪਣਾ ਟੈਂਪਰੇਚਰ ਜੋ ਹੈ 35+ ਹੋ ਜਾਂਦਾ ਗਾ, ਤਾਂ ਜਿਹਦੇ ਵਿੱਚ ਪੋਸੀਬਿਲਿਟੀ ਨਹੀਂ ਹੈ ਕਿ ਤੁਸੀਂ ਮਸ਼ਰੂਮ ਦੀ ਫਾਰਮਿੰਗ ਕਰ ਸਕੋ। ਇਸ ਵਾਸਤੇ ਤੁਹਾਨੂੰ ਇਨਡੋਰ ਯੂਨਿਟ ਹੀ ਲਗਾਉਣਾ ਪਏਗਾ ਜਿਸ ਦੇ ਵਿੱਚ ਟੈਂਪਰੇਚਰ ਤੁਸੀਂ ਮੇਨਟੇਨ ਕਰ ਸਕੋ। ਇਸ ਮਸ਼ਰੂਮ ਦੀ ਖੇਤੀ ਸਾਲ ਭਰ ਕੀਤੀ ਜਾਂਦੀ ਹੈ। ਦੀਪਕ ਖੁਦ ਮਸ਼ਰੂਮ ਦੀ ਪੈਕਿੰਗ ਅਤੇ ਵਿਕਰੀ ਵੀ ਕਰ ਰਹੇ ਨੇ ਤੇ ਚੰਗਾ ਮੁਨਾਫਾ ਕਮਾ ਰਹੇ ਹਨ। ਦੀਪਕ ਨੇ ਕਿਹਾ ਕਿ ਇਸ ਖੇਤੀ ਦੇ ਵਿੱਚ ਵੱਧ ਪਾਣੀ ਦੀ ਲੋੜ ਨਹੀਂ ਹੈ, ਜਦਕਿ ਤਿਆਰ ਫਸਲ ਦੀ ਕਟਾਈ ਦੇ ਲਈ ਵਿਸ਼ੇਸ਼ ਧਿਆਨ ਰੱਖਣਾ ਪੈਂਦਾ ਹੈ ਅਤੇ ਇਹ ਫਸਲ ਪੂਰੇ ਤਰੀਕੇ ਦੇ ਨਾਲ ਔਰਗੈਨਿਕ ਹੈ। ਉਹਨਾਂ ਨੇ ਕਿਹਾ ਕਿ ਇਸ ਖੇਤੀ ਨੂੰ ਲੈ ਕੇ ਖੇਤੀ ਵਿਗਿਆਨ
ਕੇਂਦਰ ਤੋਂ ਵਿਸ਼ੇਸ਼ ਟ੍ਰੇਨਿੰਗ ਲਿੱਤੀ ਹੈ, ਜਦਕਿ ਉਹਨਾਂ ਦਾ ਇੱਕ ਰਿਸ਼ਤੇਦਾਰ ਮਸ਼ਰੂਮ ਦੀ ਖੇਤੀ ਵੀ ਕਰਦਾ ਹੈ। ਉਹਨਾਂ ਦੀ ਖੇਤੀ ਸਰਦੀਆਂ ਦੇ ਮੌਸਮ ਦੇ ਵਿੱਚ ਹੀ ਕੀਤੀ ਜਾਂਦੀ ਹੈ, ਪਰ ਦੀਪਕ ਮਸ਼ਰੂਮ ਯੂਨਿਟ ਵਿੱਚ ਸਾਲ ਭਰ ਤਾਪਮਾਨ ਤੈਅ ਕਰਕੇ ਖੇਤੀ ਕਰ ਰਿਹਾ ਹੈ। ਉਹਨਾਂ ਨੇ ਕਿਹਾ ਕਿ ਮਸ਼ਰੂਮ ਯੂਨਿਟ ਵੱਡੇ ਪੱਧਰ ਤੇ ਸਥਾਪਿਤ ਕੀਤਾ ਗਿਆ ਹੈ ਅਤੇ ਸ਼ੁਰੂਆਤ ਵਿੱਚ ਇਸਦੀ ਲਾਗਤ ਲਗਭਗ 50 ਲੱਖ ਰੁਪਏ ਸੀ, ਜਦਕਿ ਹੁਣ ਇਸ ਖੇਤੀ ਤੋਂ ਸਾਰਾ ਖਰਚਾ ਕੱਢ ਕੇ ਉਹਨਾਂ ਨੂੰ 40% ਮੁਨਾਫਾ ਹੋ ਰਿਹਾ ਹੈ। ਇਸ ਬਾਰੇ ਜ਼ਿਆਦਾ ਜਾਣਕਾਰੀ ਦਿੰਦੇ ਹੋਏ ਦੀਪਕ ਕੁਮਾਰ ਨੇ ਕਿਹਾ ਕਿ ਉਹਨਾਂ ਨੇ ਇਸ ਖੇਤੀ ਨੂੰ ਲੈ ਕੇ ਖੇਤੀ ਵਿਗਿਆਨ ਕੇਂਦਰ ਤੋਂ ਟ੍ਰੇਨਿੰਗ ਲਿੱਤੀ ਹੈ ਅਤੇ ਲਗਾਤਾਰ ਇਸ ਨੂੰ ਲੈ ਕੇ ਉਹ ਕੰਮ ਕਰ ਰਹੇ ਨੇ। ਉਹਨਾਂ ਨੇ ਕਿਹਾ ਕਿ ਭਲੇ ਹੀ ਹੁਣ ਮੌਜੂਦਾ ਸਮੇਂ ਦੇ ਵਿੱਚ ਖਾਸਕਰ ਕੋਰੋਨਾ ਤੋਂ ਬਾਅਦ ਲੋਕਾਂ ਦੇ ਕੰਮਕਾਰ ਠੱਪ ਪਏ ਨੇ ਤੇ ਲੋਕਾਂ ਦੇ ਕੋਲ ਹੁਣ ਨਵੀਂ ਤਕਨੀਕ ਦੇ ਨਾਲ ਖੇਤੀ ਕਿਸ ਤਰੀਕੇ ਦੇ ਨਾਲ ਕੀਤੀ ਜਾ ਸਕਦੀ ਹੈ, ਇਹ ਸਾਰਾ ਕੁਝ ਵੀ ਜਿਹੜਾ ਉਹਨਾਂ ਨੂੰ ਸਿੱਖਣ ਨੂੰ ਮਿਲ ਰਿਹਾ ਹੈ। ਹੁਣ ਇਸੇ ਸੀਖ ਦੇ ਨਾਲ ਉਹ ਕੰਮ ਕਰ ਰਹੇ ਨੇ ਅਤੇ ਉਹਨਾਂ ਦੀ ਛੋਟੀ ਜਿਹੀ ਯੂਨਿਟ ਦੇ ਵਿੱਚ ਕਈ ਲੋਕ ਵੀ ਕੰਮ ਕਰ ਰਹੇ ਨੇ ਜਿਨ੍ਹਾਂ ਨੂੰ ਰੋਜ਼ਗਾਰ ਵੀ ਮਿਲ ਰਿਹਾ ਹੈ। ਤੇ ਲੋੜ ਵੀ ਇਹ ਹੈ ਕਿ ਜਿੱਥੇ ਪੰਜਾਬ ਜਿਹੜਾ ਕਿ ਖੇਤੀ ਪ੍ਰਧਾਨ ਸੂਬਾ ਹੈ ਉੱਥੇ ਲਗਾਤਾਰ ਖੇਤੀ ਦੇ ਵਿੱਚ ਪ੍ਰਗਤੀ ਕੀਤੀ ਜਾਵੇ ਤਾਂ ਜੋ ਪੰਜਾਬ ਦੇ ਵਿੱਚ ਜਿਹੜੇ ਪਾਣੀ ਦਾ ਪੱਧਰ ਘੱਟ ਰਿਹਾ ਹੈ ਅਤੇ ਖੇਤੀ ਵਿੱਚ ਜਿਹੜਾ ਵੀ ਬਦਲਾਵ ਚਾਹੀਦਾ ਹੈ ਉਹ ਬਦਲਾਵ ਜ਼ਰੂਰ ਸਾਹਮਣੇ ਆਵੇ। ਬਰਨਾਲਾ ਤੋਂ ਪ੍ਰਵੀਨ ਰਿਸ਼ੀ ਦੀ ਰਿਪੋਰਟ। ਇਹਦੇ ਵਿੱਚ ਦੇਖੋ ਸਾਡੇ ਕੋਲ ਦੋ ਰੂਮ ਬਣੇ ਹੋਏ ਨੇਗੇ, ਜਿਸਦੇ ਵਿੱਚ ਦੋ ਰੂਮ ਦੇ ਵਿੱਚ ਅਸੀਂ ਇੱਕ ਰੂਮ ਦੇ ਵਿੱਚ ਦੋ ਏਸੀ ਲਗਾ ਰੱਖੇ ਨੇ, ਟੋਟਲ ਸਾਡੇ 4 ਏਸੀ ਨੇਗੇ। ਅਸੀਂ 2 ਇਸ ਲਈ ਲਗਾਏ ਨੇਗੇ ਤਾਂ ਕਿ ਅਗਰ ਕੋਈ ਵੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਆ ਜਾਂਦੀ ਹੈ ਤਾਂ ਇੱਕ ਬੈਕਅਪ ਪਲਾਨ ਸਾਡਾ ਚੱਲਦਾ ਰਹੇ। 2 ਏਸੀ ਸਾਡੇ ਕੰਟੀਨਿਊ ਹੀ ਚੱਲਦੇ ਨੇ, ਅਗਰ ਇੱਕ ਦੀ ਪ੍ਰੋਬਲਮ ਆ ਜਾਂਦੀ ਹੈ ਤਾਂ 1 ਜਾਂ 2 ਦਿਨ ਦੇ ਵਿੱਚ ਲਈ ਤਾਂ ਸਾਡੇ 1 ਏਸੀ ਵੀ ਉਸਨੂੰ ਮੇਨਟੇਨ ਕਰ ਸਕਦਾ ਗਾ, ਲੇਕਿਨ ਫਿਰ ਵੀ 2 ਏਸੀ ਹੀ ਲਗਾਉਣੇ ਚਾਹੀਦੇ ਤਾਂ ਕਿ ਅਗਰ ਕੱਲ੍ਹ ਨੂੰ ਇੱਕ ਤੁਸੀਂ ਏਸੀ ਲਗਾ ਕੇ ਕੰਮ ਚਲਾ ਰਹੇ ਹੋ ਜੇ ਉਹਦੇ 1 ਦੇ ਵਿੱਚ ਵੀ ਪ੍ਰੋਬਲਮ ਆ ਗਈ ਤਾਂ ਤੁਹਾਡਾ ਟੈਂਪਰੇਚਰ ਮੇਨਟੇਨ ਨਹੀਂ ਹੋਏਗਾ, ਜਿਸ ਨਾਲ ਤੁਹਾਡਾ ਨੁਕਸਾਨ ਹੋ ਸਕਦਾ। ਅਸੀਂ ਏਅਰ ਕ੍ਰੋਸ ਕਰਦੇ ਹਾਂ ਉਹਦੀ ਸਰਕੂਲੇਸ਼ਨ ਵਾਸਤੇ, ਅਗਰ ਆਪਾਂ ਸਿੱਧਾ ਸਿੰਪਲ ਚਲਾਉਣੇ ਤਾਂ ਉਹ ਥੋੜ੍ਹੀ ਏਰੀਏ ਨੂੰ ਹੀ ਕਵਰ ਕਰੇਗਾ। ਅਸੀਂ ਡਕਟ ਲਗਾ ਕੇ ਡਕਟ ਬਣਾਏ ਨੇ ਜਿਸਦੇ ਪੋਲੀਥੀਨ ਦੇ ਨਾਲ ਜਿਹਦੇ ਵਿੱਚ ਸੁਰਾਖ ਕੀਤੇ ਗਏ ਨੇ ਨੀਚੇ, ਉਹ ਡਕਟ ਦੇ ਜ਼ਰੀਏ ਹੀ ਸਾਰੀ ਹੀ ਕੂਲਿੰਗ ਜੋ ਹੈ ਇੱਕੋ ਜਗ੍ਹਾ ਇੱਕੋ ਹੀ ਤਰ੍ਹਾਂ ਤਰੀਕੇ ਨਾਲ ਸਰਕੂਲੇਟ ਹੁੰਦੀ ਹੈ, ਜਿਸ ਨਾਲ ਇਸ ਕਰਕੇ ਅਸੀਂ ਉਹ ਡਕਟ ਯੂਜ਼ ਕੀਤੇ ਨੇ। ਉਹ ਡਕਟ ਅਸੀਂ ਪੋਲੀਥੀਨ ਦੇ ਇਸ ਕਰਕੇ ਯੂਜ਼ ਕੀਤੇ ਨੇ ਕਿਉਂਕਿ ਜਦੋਂ ਸਾਡੀ ਜੋ ਲੇਬਰ ਹੈ ਉਹ ਜਦੋਂ ਮਸ਼ਰੂਮ ਦੀ ਕਟਾਈ ਕਰਦੀ ਹੈ ਤਾਂ ਕਿਸੇ ਦੇ ਸਿਰ 'ਤੇ ਨਾ ਵੱਜੇ, ਇੰਜਰੀ ਹੋ ਸਕਦੀ ਹੈ। ਇਸ ਵਜ੍ਹਾ ਤੋਂ ਕੀ ਹੈ ਕਿ ਉਹ ਡਕਟ ਜੋ ਸਾਡੇ ਪੋਲੀਥੀਨ ਦੇ ਨੇ ਤਾਂ ਕਿ ਕਿਸੇ ਨੂੰ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਾ ਹੋਵੇ। ਇਹਦੇ ਵਿੱਚ ਜਿਹੜਾ ਸਾਡਾ ਟੋਟਲ ਏਰੀਆ ਉਹ ਹੈਗਾ 9 ਬਿਸਵੇ ਦਾ ਏਰੀਆ ਜੀ, ਅਤੇ ਜੋ ਸਾਡੇ ਰੂਮ ਬਣੇ ਹੋਏ ਨੇ ਤਕਰੀਬਨ 25x45 ਦੇ ਰੂਮ ਸਾਡੇ ਬਣੇ ਹੋਏ ਨੇਗੇ, ਜਿਹਦੇ ਵਿੱਚ ਅਗਰ ਇੱਕ ਬੈਗ ਦੀ ਮੈਂ ਏਰੀਆ ਵਾਈਜ਼ ਲਗਾਵਾਂ ਤਾਂ ਤਕਰੀਬਨ ਸਾਡੇ ਇੱਕ ਰੂਮ ਦੇ ਵਿੱਚ 3000+ ਬੈਗ ਸਾਡਾ ਆਉਂਦਾ ਗਾ, ਜਿਹਦੇ ਵਿੱਚ ਅਸੀਂ ਮਤਲਬ ਸਾਰੀ ਅਸੀਂ ਫਾਰਮਿੰਗ ਕਰਦੇ ਹਾਂ। ਇਹਦੇ ਵਿੱਚ ਦੇਖੋ ਟੋਟਲ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੈਗਾ ਕਿ 3000+ ਬੈਗ ਨੇ, ਜੇ ਅਸੀਂ ਫਰਸ਼ ਦੇ ਇਹਨੂੰ ਵਿਛਾਈਏ ਤਾਂ 3000 ਬੈਗ ਕਵਰ ਨਹੀਂ ਹੋ ਸਕਦੇ। ਸਪੇਸ ਨੂੰ ਪ੍ਰੋਪਰ ਯੂਜ਼ ਕਰਨ ਲਈ ਅਸੀਂ ਕੀ ਕਿ ਫਲੋਰਿੰਗ ਵਾਲਾ ਇੱਕ ਕੰਸੈਪਟ ਦੇ ਵਿੱਚ ਯੂਜ਼ ਕੀਤਾ ਗਾ ਜੋ ਕਿ ਤੁਸੀਂ ਦੇਖ ਪਾਓਗੇ। ਫਲੋਰਿੰਗ ਦੇ ਵਿੱਚ ਕੀ ਹੈ ਕਿ ਸਾਡੇ ਟੋਟਲ ਜਿਹੜੇ ਰੈਗ ਨੇ ਉਹ 8 ਰੈਗ ਲੱਗੇ ਹੋਏ ਨੇਗੇ ਸਾਡੇ, ਜੋ ਕਿ 3 ਉੱਪਰ ਨੇ ਅਤੇ 5 ਨੀਚੇ ਨੇਗੇ, ਜਿਸ ਦੇ ਪ੍ਰੋਪਰ ਰੈਕ ਦੇ ਵਿੱਚ ਅਸੀਂ ਅਲੱਗ ਅਲੱਗ ਬੈਗ ਦੇ ਵਿੱਚ ਰੱਖੇ ਹੋਏ ਨੇਗੇ, ਜਿਹਦੇ ਨਾਲ ਪੂਰਾ ਜਿਹੜੇ ਏਰੀਆ ਹੈਗਾ ਸਾਡਾ ਕਵਰ ਪ੍ਰੋਪਰ ਯੂਜ਼ ਹੋ ਰਿਹਾ ਗਾ। ਨੀਚੇ ਸਪੇਸ ਅਸੀਂ ਘੱਟ ਯੂਜ਼ ਕਰ ਰਹੇ ਹਾਂ, ਫਲੋਰਿੰਗ ਦੇ ਵਿੱਚ ਸਾਡੀ ਜ਼ਿਆਦਾ ਸਪੇਸ ਯੂਜ਼ ਹੋ ਰਹੀ ਹੈ, ਜਿਹਦੇ ਕਰਕੇ ਘੱਟ ਸਪੇਸ ਦੇ ਵਿੱਚ ਅਸੀਂ ਜ਼ਿਆਦਾ ਯੂਜ਼ ਕਰ ਪਾ ਰਹੇ ਹਾਂ ਏਰੀਆ ਵਾਈਜ਼। ਦੇਖੋ ਜੀ, ਅਗਰ ਮੰਨ ਲਓ 3000 ਬੈਗ ਅਗਰ ਆਪਾਂ ਕਰਨਾ ਤਾਂ ਤੁਸੀਂ ਇਹ ਮੰਨ ਕੇ ਜੋ ਇੱਕ ਕਿੱਲਾ ਆਰਾਮ ਨਾਲ ਕਵਰ ਕਰ ਲਏਗਾ ਇਹ, ਉਹ ਅਸੀਂ ਇੱਕ ਕਿੱਲੇ ਦੀ ਖੇਤੀ ਹੈ ਸਮਝ ਲਓ ਤੁਸੀਂ ਅਪਰੋਕਸੀਮੇਟਲੀ
ਅਸੀਂ 25x45 ਦੇ ਵਿੱਚ ਅਸੀਂ ਕਵਰ ਕਰ ਰਹੇ ਹਾਂ। ਦੇਖੋ ਇਹਦੇ ਵਿੱਚ ਕੀ ਹੈ ਕਿ ਜੋ ਅਸੀਂ ਖਾਦ ਲੈ ਕੇ ਆਉਂਦੇ ਹਾਂ, ਅਸੀਂ ਤਾਂ ਕੰਪਲੀਟ ਤਿਆਰ ਕੀਤੀ ਲੈ ਕੇ ਆਉਂਦੇ ਹਾਂ, ਲੇਕਿਨ ਇਹਦਾ ਵੀ ਇੱਕ ਅਲੱਗ ਕੰਸੈਪਟ ਹੈ ਜੋ ਕਿ ਇਸ ਨੂੰ ਤਿਆਰ ਕੀਤਾ ਜਾਂਦਾ ਗਾ, ਜੋ ਕਿ ਬਹੁਤ ਏਰੀਏ ਦੀ ਲੋੜ ਹੁੰਦੀ ਹੈ ਤਿਆਰ ਕਰਨ ਲਈ। ਫਾਰਮਿੰਗ ਕਰਨ ਵਾਸਤੇ ਜ਼ਿਆਦਾ ਜ਼ਰੂਰਤ ਨਹੀਂ ਪੜਦੀ ਪੈਂਦੀ, ਲੇਕਿਨ ਖਾਦ ਬਣਾਉਣ ਵਾਸਤੇ ਬਹੁਤ ਜਗ੍ਹਾ ਦੀ ਲੋੜ ਪੈਂਦੀ ਹੈ। ਸੋ ਇਸ ਕਰਕੇ ਅਸੀਂ ਇਕੱਲਾ ਫਾਰਮਿੰਗ ਵਾਸਤੇ ਹੀ ਯੂਨਿਟ ਲਗਾ ਰੱਖਿਆ ਅਤੇ ਗਰੋਇੰਗ ਵਾਸਤੇ ਜੇ ਤੁਸੀਂ ਖਾਦ ਤਿਆਰ ਕਰਨੀ ਹੈ ਉਸ ਵਾਸਤੇ ਏਰੀਆ ਵੱਧ ਚਾਹੀਦਾ। ਜੋ ਅਸੀਂ ਬਣੀ ਬਣਾਈ ਖਾਦ ਲੈ ਕੇ ਆਉਂਦੇ ਹਾਂ ਜਿਹਦੇ ਵਿੱਚ ਜਿਸ ਨੂੰ ਬੀਜ ਕਹਿ ਦਿੰਦੇ, ਬੀਜ ਜੋ ਕਿ ਸਪੌਨ ਕਹਿੰਦੇ ਨੇ, ਅਸੀਂ ਸਪੌਨ ਮਿਕਸ ਕੀਤਾ ਹੋਇਆ ਹੀ ਆਉਂਦਾ ਗਾ, ਅਸੀਂ ਜਸਟ ਬੈਗ ਲਿਆ ਕੇ ਅੰਦਰ ਰੱਖਣੇ ਹੁੰਦੇ ਨੇਗੇ। ਇਸ ਤੋਂ ਇਲਾਵਾ ਇਸ ਦੇ ਵਿੱਚ ਕੁਛ ਨਹੀਂ ਕਰਨਾ ਹੁੰਦਾ।